ਹੋਵੋ, ਪਰ ਇੱਕ ਗੱਲ ਦੇਖ ਲਿਓ, ਇੱਕ ਤਾਂ ਕਣਕਾਂ ਪੱਕੀਆਂ ਪੰਜਾਬ 'ਚ ਦੇਖ ਕੇ ਮੋਮਬੱਤੀਆਂ ਜਲਾਇਓ। ਯਾਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ। ਜਿੱਥੇ ਲੱਖਾਂ ਕੇਸ ਪੋਜ਼ਿਟਿਵ ਆ ਰਹੇ ਨੇ, ਉੱਥੇ ਹਜ਼ਾਰਾਂ ਹੀ ਮੌਤਾਂ ਹੋ ਰਹੀਆਂ ਨੇ। ਜਿੱਥੇ ਕਿ ਬਾਕੀ ਦੇਸ਼ਾਂ ਦੇ ਮਿਨਿਸਟਰ ਆਪਣੀ ਕੰਟਰੀ ਵਿੱਚ ਹੋਸਪਿਟਲ ਖੋਲ੍ਹ ਰਹੇ ਨੇ ਅਤੇ ਹੋਰ ਵੱਡੇ ਵੱਡੇ ਕੰਮ ਕਰ ਰਹੇ ਨੇ ਤਾਂ ਕਿ ਲੋਕਾਂ ਨੂੰ ਬਚਾਇਆ ਜਾ ਸਕੇ, ਉੱਥੇ ਹੀ ਸਾਡੇ ਇੰਡੀਆ ਦਾ PM ਮੋਦੀ ਕਦੀ ਲੋਕਾਂ ਨੂੰ ਤਾੜੀਆਂ ਮਾਰਨ ਨੂੰ ਕਹਿੰਦਾ ਹੈ ਅਤੇ ਹੁਣ ਲੋਕਾਂ ਨੂੰ ਕਹਿ ਰਿਹਾ ਕਿ ਅੱਜ ਐਤਵਾਰ ਦੇ ਦਿਨ ਰਾਤ 9 ਵਜੇ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰਕੇ ਮੋਮਬੱਤੀਆਂ ਜਗਾਓ, ਦੀਵੇ ਜਗਾਓ। ਸੋ ਇਸ ਸੰਬੰਧੀ ਹੀ ਬੋਲੇ ਨੇ ਜਗਦੀਪ ਰੰਧਾਵਾ, ਜਿਨ੍ਹਾਂ ਨੇ ਕਿਸਾਨਾਂ ਨੂੰ ਸੁਚੇਤ ਕੀਤਾ ਹੈ ਕਿ ਤੁਹਾਡੀ ਕਣਕ ਪੱਕੀ ਹੋਈ ਹੈ, ਕਿਤੇ ਕਣਕ ਨੂੰ ਅੱਗ ਨਾ ਲਵਾ ਕੇ ਬਹਿ ਜਾਇਓ। ਜੀ ਹਾਂ ਮਿੱਤਰੋ, ਕੀ ਕਹਿਣਾ ਹੈ ਜਗਦੀਪ ਰੰਧਾਵੇ ਦਾ, ਆਓ ਤੁਹਾਨੂੰ ਉਸ ਵੀਡੀਓ ਵੱਲ ਲੈ ਚੱਲਦੇ ਹਾਂ। ਦੋਸਤੋ, ਮੋਦੀ ਕਹਿੰਦਾ ਕੱਲ੍ਹ ਨੂੰ ਮੋਮਬੱਤੀਆਂ ਜਗਾਉਣੀਆਂ, ਸਾਰੇ ਦੇਸ਼ ਨੇ 9 ਮਿੰਟ ਲਾਈਟ ਬੰਦ ਰੱਖਣੀਆਂ। ਵੀਰੋ, ਜੋ ਸਰਕਾਰ ਕਹਿੰਦੀ ਆ ਮੰਨੋ ਭਰਾਵੋ, ਪਰ ਇੱਕ ਗੱਲ ਦੇਖ ਲਿਓ, ਇੱਕ ਤਾਂ ਕਣਕਾਂ ਪੱਕੀਆਂ ਪੰਜਾਬ 'ਚ ਦੇਖ ਕੇ ਮੋਮਬੱਤੀਆਂ ਜਲਾਇਓ। ਨੰਬਰ 2 'ਤੇ ਗੱਲ ਇਹ ਵੀ, ਜਿਵੇਂ ਪਹਿਲਾਂ ਥਾਲੀਆਂ ਖੜਕਾਉਣ ਨੂੰ ਕਿਹਾ ਸੀ ਮੋਦੀ ਨੇ, ਵੀ ਡਾਕਟਰਾਂ ਨੂੰ, ਡਾਕਟਰਾਂ ਦਾ ਹੌਂਸਲਾ ਵਧਾਉਣ ਲਈ ਅਤੇ ਪੁਲਿਸ ਦਾ ਹੌਂਸਲਾ ਵਧਾਉਣ ਲਈ, ਅਤੇ ਮੁਲਕ ਸਾਰਾ ਵੀਹਾਂ 'ਚ ਥਾਲੀਆਂ ਕੁੱਟਣ ਲੱਗ ਗਿਆ ਵੀ ਇਸ ਤਾਂ ਕੋਰੋਨਾ ਵਾਲਾ ਕੇਸ ਜਿੱਤ ਲਿਆ, ਮੁਲਕ ਢੋਲ ਵਜਾਉਣ ਲੱਗ ਗਿਆ, ਰੰਗ ਪਾਉਣ ਲੱਗ ਗਿਆ। ਐਤਕੀ ਉਹ ਗੱਲ ਨਾ ਕਰ ਦਿਓ, ਕਿਤੇ 200 ਜਣਾ ਇਕੱਠਾ ਹੋ ਕੇ ਕੈਂਡਲ ਮਾਰਚ ਮੋਮਬੱਤੀਆਂ ਫੜ ਕੇ 2,000 ਬੰਦਾ, 200 ਜਣਾ ਇਕੱਠਾ ਹੋ ਕੇ ਵੀਹਾਂ 'ਚ ਤੁਰ ਪਾਉਂਦੇ ਵੀ ਕੋਰੋਨਾ ਅਗਰੀ ਦਾ ਵਧਾ ਦਿਓ। ਐਤਕੀ ਭਰਾਵੋ ਦੇਖ ਕੇ ਚੱਲਿਓ, ਅਤੇ ਇਹ ਕੋਈ ਹੋਊਗਾ ਜਾਗਰ ਕਰਨ ਲਈ ਹੋਊ, ਅਤੇ ਜਿਹਦਾ ਜੀ ਕਰਦਾ ਜਲਾਓ, ਪਰ ਆਹ ਕੰਮ ਨਹੀਂ ਕਰਨਾ ਵੀਰੋ, ਐਤਕੀ ਦੇਖ ਕੇ ਚੱਲਣਾ। ਅਤੇ ਇੰਨੀਆਂ ਕੁ ਬੇਨਤੀਆਂ ਸੀ, ਧੰਨਵਾਦ ਜੀ।